ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜੱਗ ਬਾਣੀ ਟੀਵੀ ਨਿਊਜ਼ੀਲੈਂਡ ਤੋਂ, ਮੈਂ ਹਾਂ ਹਰਮੀਤ ਸਿੰਘ। ਨਿਊਜ਼ੀਲੈਂਡ ਦੇ ਵਿੱਚ ਲੋਕਲ ਬੋਰਡ ਚੋਣਾਂ ਦਾ ਮਾਹੌਲ ਬਣਿਆ ਹੋਇਆ ਜੀ, ਅਤੇ ਇਸ ਲੋਕਲ ਬੋਰਡ ਚੋਣਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਅਤੇ ਭਾਰਤੀ ਚਿਹਰੇ ਜਿਹੜੇ ਨੇ ਇਸ ਵਾਰ ਕਿਸਮਤ ਅਜ਼ਮਾ ਰਹੇ ਨੇ। ਮੰਡੇਵਾ ਲੋਕਲ ਬੋਰਡ ਤੋਂ ਸਾਡੇ ਨਾਲ ਮਾਰਸ਼ਲ ਵਾਲੀਆ ਮੌਜੂਦ ਨੇ, ਜੋ ਕਿ ਇਸ ਵਾਰ ਆਪਣੀ ਦਾਅਵੇਦਾਰੀ ਠੋਕ ਰਹੇ ਨੇ। ਯੂਥ ਨੇ ਕੰਮ ਕਰਨਾ ਚਾਹੁੰਦੇ ਨੇ, ਅਤੇ ਕੀ ਉਹਨਾਂ ਦੇ ਇਸ ਦਾਅਵੇਦਾਰੀ ਨੂੰ ਲੋਕ ਜਿਹੜੇ ਨੇ ਉਹ ਅਮਲੀ ਜਾਇਮਾ ਪਹਿਚਾਉਣਗੇ ਜਾਂ ਨਹੀਂ, ਗੱਲਬਾਤ ਕਰਾਂਗੇ ਆਪਾਂ ਮਾਰਸ਼ਲ ਵਾਲੀ ਦੇ ਨਾਲ। ਮਾਰਸ਼ਲ, ਤੁਹਾਡਾ ਸਵਾਗਤ ਹੈ। ਜਗਬਾਣੀ ਸੁਣ ਰਹੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਥੈਂਕ ਯੂ ਟੂ ਜਗਬਾਣੀ ਜਿਨ੍ਹਾਂ ਨੇ ਹੈ ਨਾ ਇਹਨਾਂ ਇਨੀਸ਼ੀਏਟਿਵ ਲਿੱਤਾ ਕਿ ਯੰਗਸਟਰ ਬੰਦਿਆਂ ਨੂੰ ਸੱਦਾ ਦੇ ਰਹੇ ਕਿ ਆ ਕੇ ਇੰਟਰਵਿਊਆਂ ਕਰੋ, ਕਿਉਂਕਿ ਦੇਖੋ ਜੀ ਆਪਦੀ ਕਮਿਊਨਿਟੀ ਲਈ ਖੜੇ ਹੈ, ਅਤੇ ਆਪਦੀ ਜੇ ਕਮਿਊਨਿਟੀ ਸਪੋਰਟ ਕਰੋਗੇ ਗਰਾਊਂਡ ਲੈਵਲ 'ਤੇ ਤਾਂ ਜਿੱਤਣ ਦੇ ਆਸਾਰ ਜ਼ਿਆਦਾ ਹੋ ਜਾਂਦੇ। ਜਿੱਤਣ ਦੇ ਤਾਂ ਆਸਾਰ ਚਲੋ ਪਰਮਾਤਮਾ ਦੇ ਹੱਥ 'ਚ ਹੈ, ਪਰ ਮੋਟੀਵੇਸ਼ਨ ਜੀ ਹੋ ਜਾਂਦੀ ਹੈ ਬੰਦੇ ਨੂੰ ਕਿ ਆਪਦੀ ਕਮਿਊਨਿਟੀ ਨਾਲ ਹੈ। ਮਾਰਸ਼ਲ, ਮੈਂ ਜੇਕਰ ਸ਼ੁਰੂਆਤ ਕਰਾਂ ਤਾਂ ਮੁੰਡਰੇਵਾ ਲੋਕਲ ਬੋਰਡ ਹੀ ਕਿਉਂ ਚੁਣਿਆ ਗਿਆ, ਅਤੇ ਪਰ ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਕਿ ਇਹ ਜ਼ਰੂਰ ਦੱਸੋ ਕਿ ਲੋਕਲ ਬੋਰਡ ਜਿਹੜੀਆਂ ਚੋਣਾਂ ਨੇ ਇਹਨਾਂ ਦਾ ਆਮ ਲੋਕਾਂ ਦੇ ਨਾਲ ਕਿੰਨਾ ਕੁ ਵਾਵਸਥਾ ਹੁੰਦਾ ਆ, ਲੋਕ ਜਿਹੜੇ ਨੇ ਲੋਕਲ ਬੋਰਡ ਚੋਣਾਂ ਦੇ ਵਿੱਚ ਕਿਉਂ ਜਾ ਕੇ ਵੋਟ ਕਰਨ, ਅਤੇ ਉਹਨਾਂ ਨੂੰ ਕੀ ਫਾਇਦਾ ਆ? ਦੇਖੋ ਜੀ, ਲੋਕਲ ਬੋਰਡ, ਪਹਿਲੀ ਗੱਲ ਤਾਂ ਆਪਾਂ ਨੂੰ ਡਿਫਰੈਂਸ਼ੀਏਟ ਕਰਨਾ ਪੈਂਦਾ, ਲੋਕਲ ਬੋਰਡ ਅਤੇ ਜਨਰਲ ਬੋਰਡ, ਜਨਰਲ ਇਲੈਕਸ਼ਨਾਂ 'ਚ ਬਹੁਤ ਵੱਡਾ ਡਿਫਰੈਂਸ ਹੈ। ਜਿਹੜਾ ਲੋਕਲ ਬੋਰਡ ਇਸ਼ੂ ਹੁੰਦੇ ਉਹ ਡੇ ਟੂ ਡੇ ਇਸ਼ੂ ਹੁੰਦੇ, ਜਿਹੜੇ ਜਿਵੇਂ ਕਿ ਆਪਾਂ ਨੂੰ ਹੁਣ ਰੋਡ ਹੈ, ਰੋਡ 'ਚ ਪੋਰਟਹੋਲ ਹੈ ਉਹ ਫਿਕਸ ਕਰਨੇ, ਉਹ ਲੋਕਲ ਬੋਰਡ ਇਸ਼ੂ ਹੈ। ਗੁਰੂ ਘਰ ਦੇ ਬਾਹਰ ਲਾਈਟਿੰਗ ਕਰਨੀ, ਜਿਵੇਂ ਕਿ ਅੱਜ ਮੈਂ ਗੁਰੂ ਘਰ ਮੰਡਰੇਵਾ ਮੱਥਾ ਟੇਕਣ ਗਿਆ ਸੀ, ਤੇ ਭਾਜੀ ਨੇ ਮੈਨੂੰ ਫੜ ਲਿਆ, ਕਹਿੰਦੇ ਇੱਧਰ ਕਿ ਅਸੀਂ ਤਾਂ 12 ਸਾਲ ਤੋਂ ਇਹ ਮਿਹਨਤ ਕਰ ਰਹੇ ਪਰ ਹੋਇਆ ਨਹੀਂ। ਮੈਂ ਕਿਹਾ ਦੇਖੋ ਭਾਜੀ, ਮੈਂ ਤਾਂ 12 ਸਾਲ ਪਹਿਲਾਂ ਤਾਂ ਮੈਂ ਤਾਂ ਨਹੀਂ ਕੋਈ ਵਾਅਦਾ ਕਰ ਸਕਦਾ, ਪਰ ਜੇ ਮੈਂ ਜਿੱਤ ਗਿਆ ਪਰ ਮੈਂ ਇਹ ਚੀਜ਼ਾਂ ਦਾ ਵਾਅਦਾ ਕਰਦਾ, ਕਿਉਂਕਿ ਤੁਹਾਨੂੰ ਇਹਦੇ ਸਿਸਟਮ 'ਚ ਵੜਨ ਦੀ ਬਹੁਤ ਲੋੜ ਹੈ। ਜਿਵੇਂ ਗੁਰੂ ਘਰ ਦੇ ਬਾਹਰ ਹੁਣ ਤੁਰਨ ਲਈ ਮੈਨੂੰ 10 ਮਿੰਟ ਲੱਗ ਗਏ ਸੀ, ਆਪ ਯੰਗਸਟਰ ਹੁੰਦੇ ਵੀ, ਅਤੇ ਆਪਦੇ ਬਜ਼ੁਰਗਾਂ ਨੂੰ ਤਾਂ ਅਜਮਾ ਲਓ ਕਿੰਨਾ ਟਾਈਮ ਲੱਗਦਾ ਹੈਗਾ। ਦੂਜੀ ਗੱਲ, ਜਦ ਅਸੀਂ ਡੋਰ ਨੋਕ ਕਰਦੇ ਹਾਂ, ਇੱਕ ਦੇਖੋ ਜੇ ਭਾਜੀ, ਬੁਲਿੰਗ ਅਤੇ ਹਰੈਸਮੈਂਟ ਆਪਾਂ ਨੂੰ ਬੱਚਿਆਂ ਨੂੰ ਸਕੂਲਾਂ 'ਚ ਹੁਣ ਵੀ ਫੇਸ ਕਰਨੀ ਪੈਂਦੀ ਹੈ। ਲੋਕਲ ਬੋਰਡ 'ਚ ਆ ਕੇ ਜੇ ਆਪਾਂ ਜਿੱਤ ਜਾਂਦੇ ਹਾਂ, ਇੱਕ ਤਾਂ ਜਦ ਆਪਾਂ ਸਕੂਲਾਂ 'ਚ ਜਾ ਕੇ ਹੋਰ ਵਰਤਾਂਗੇ, ਲੋਕਾਂ ਨੂੰ ਮਿਲਾਂਗੇ, ਅਤੇ ਲੋਕਾਂ ਦਾ ਡਿਫਰੈਂਸ਼ੀਏਟ ਆਪਣੇ ਇੰਡੀਅਨ ਕਮਿਊਨਿਟੀ ਲਈ ਚੇਂਜ ਹੋ ਸਕਦਾ ਹੈ। ਲੋਕਲ ਬੋਰਡ 'ਚ ਲੋਕਲ ਇਸ਼ੂ ਹੀ ਮੈਂ ਸੋਲਵ ਕਰ ਪਾਊਂਗਾ, ਮੈਂ ਨੈਸ਼ਨਲ ਇਸ਼ੂ ਨਹੀਂ ਸੋਲਵ ਕਰ ਸਕਦਾ। ਕੋਸਟ ਆਫ ਲਿਵਿੰਗ ਇਹ ਨੈਸ਼ਨਲ ਇਸ਼ੂ ਹੈ, ਇਹ ਮੇਰੇ ਹੱਥ 'ਚ ਨਹੀਂ ਹੈ। ਜਿਹੜੇ ਬੰਦੇ ਆਪਣੇ ਇੰਡੀਆ ਸਟਰੱਕ ਹੈ, ਹਨਾ, ਮਾਈਗ੍ਰੈਂਟ ਇਸ਼ੂ ਹੈ ਜਿਹੜਾ, ਉਹ ਵੀ ਲੋਕਲ ਬੋਰਡ ਇਸ਼ੂ ਨਹੀਂ, ਉਹ ਨੈਸ਼ਨਲ ਇਸ਼ੂ ਹੈ। ਇਹ ਆਪਾਂ ਨੂੰ ਡਿਫਰੈਂਸੀਏਟ ਕਰਨਾ ਬਹੁਤ ਵੱਡੀ ਲੋੜ ਹੈ। ਲਾਇਬ੍ਰੇਰੀ 'ਚ ਆਪਾਂ ਨੂੰ ਪੰਜਾਬੀਆਂ ਬੁੱਕਾਂ ਲੈ ਕੇ ਆਉਣੀਆਂ, ਲਾਇਬ੍ਰੇਰੀ 'ਚ ਡਿਫਰੈਂਟ ਸਿਸਟਮ ਬਣਾਉਣਾ, ਆਪਣੇ ਬਜ਼ੁਰਗਾਂ ਨੂੰ ਕੰਪਿਊਟਰ ਪ੍ਰੋਵਾਈਡ ਕਰਨਾ, ਇਹ ਲੋਕਲ ਇਸ਼ੂ ਹੈ, ਇਹ ਲੋਕਲ ਬੋਰਡ 'ਚ ਆਪਾਂ ਫਿਕਸ ਕਰ ਸਕਦੇ। ਜਿਵੇਂ ਕਿ ਗੁਰੂ ਘਰ 'ਚ ਮੰਡਰੇਵੇ 'ਚ ਫੰਡ ਰੇਜ ਹੋ ਰਹੇ ਸੀ ਟੋਇਲਟ ਫਿਕਸ ਕਰਨ ਲਈ, ਆਪਾਂ ਨੂੰ ਇੱਕ ਕੰਸਿਡਰ ਕਰਨਾ ਚਾਹੀਦਾ, ਜਿਹੜਾ ਮੰਡਰੇਵਾ ਗੁਰੂ ਘਰ ਆ ਉਹ ਪਬਲਿਕ ਸਰਵਿਸ ਹੈ, ਲੋਕ ਪਬਲਿਕ ਆਉਂਦੀ ਉੱਥੇ ਵਿਜ਼ਿਟ ਕਰਦੀ ਹੈ 365 ਦਿਨ 24 ਘੰਟੇ ਆਪਾਂ ਨੂੰ ਲੰਗਰ ਪ੍ਰੋਵਾਈਡ ਕਰਦੇ ਹਾਂ। ਉਹਦੇ ਵਿੱਚ ਅਗਰ ਆਪਾਂ ਕੁਝ ਸਿਸਟਮ ਕਰਾਉਣਾ ਜਾਂ ਕੁਝ ਕਰਨਾ, ਉਹ ਲੋਕਲ ਬੋਰਡ ਇਸ਼ੂ ਹੈ, ਠੀਕ, ਉਹ ਤਾਂ ਹੀ ਆਪਾਂ ਛੇਤੀ ਦੇਰ 'ਚ ਕਰ ਸਕਦੇ ਹਾਂ ਜੇ ਆਪਦੀ ਰੀਪ੍ਰੈਜੈਂਟੇਸ਼ਨ ਹੋਏਗੀ, ਠੀਕ। ਇਸ ਲਈ ਇਹ ਡਿਫਰੈਂਸ ਹੈ ਭਾਜੀ ਲੋਕਲ ਬੋਰਡ ਤੇ ਨੈਸ਼ਨਲ ਇਸ਼ੂ। ਦੂਜਾ ਕੁਐਸਚਨ ਸੀ ਮੈਂ ਤੁਹਾਡਾ, ਉਹਦਾ ਵੀ ਆਨਸਰ ਆਪਾਂ ਹੁਣੇ ਦੇ ਦੇਣਾ ਕਿ ਮੰਡਰੇਵਾ ਕਿਉਂ ਚੁਣਿਆ। 12 ਸਾਲ ਪਹਿਲਾਂ ਜਦ June 3 ਨੂੰ ਆਏ ਸੀ 2010 'ਚ, 168 ਬਰਾਊਨਸ ਰੋਡ ਤੇ ਰਹੇ ਸੀ, ਉਹਦੇ ਬਾਅਦ 12 ਸਾਲ 'ਚ ਬਰਾਊਨ ਮੰਡਰੇਵ ਹੀ ਘੁੰਮੇ ਹੈ, ਬਰਾਊਨਸ ਰੋਡ ਤੋਂ ਲੈ ਕੇ ਗਲੋਚੈਸਟਰ, ਤੋਂ ਗਲੋਚੈਸਟਰ ਤੋਂ ਲੈ ਕੇ ਵੇਮਾਊਥ, ਤੋਂ ਵੇਮਾਊਥ ਤੋਂ ਲੈ ਕੇ ਵਾਇਮਾਈਆ, ਤੇ ਉਹ ਸਰਕਲ ਮੰਡਰੇਵੇ 'ਚ ਹੀ ਘੁੰਮੇ ਹੈ। ਤੇ ਹੁਣ ਮੰਡਰੇਵਾ ਛੱਡ ਕੇ ਕਿਤੇ ਹੋਰ ਜਾਣ ਦਾ ਜੀ ਵੀ ਨਹੀਂ ਕਰਦਾ, ਕਿਉਂਕਿ ਰਹੇ ਇੱਥੇ ਹੈ, ਲੋਕੀ ਵੀ ਜਾਣਦੇ ਹੈ, ਕਈ ਕਮਿਊਨਿਟੀ ਆਰਗਨਾਈਜੇਸ਼ਨਾਂ ਨਾਲ ਕੰਮ ਵੀ ਕਰਦੇ ਮੰਡਰੇਵੇ, ਤੇ ਇਸ ਲਈ ਮੰਡਰੇਵੇ ਹੀ ਚੁਣਿਆ। ਇੱਕ ਇੱਥੇ ਇੱਕ ਹੋਰ ਚੀਜ਼ ਦੇ ਵੀ ਦੱਸਣਾ ਫਰਜ਼ ਬਣਦਾ ਕਿ 25.2% ਪਾਪੂਲੇਸ਼ਨ, ਏਸ਼ੀਅਨ ਪਾਪੂਲੇਸ਼ਨ ਜਿਹੜੀ ਮੰਡਰੇਵੇ 'ਚ ਹੈ, ਜਿਹੜੀ ਕੰਬੀਨੇਸ਼ਨ ਸਾਰੀ ਹੈ। ਮੇਰੇ ਕੋਲ ਇਹ ਤਾਂ ਨਹੀਂ ਹੈ ਸਟੈਟਸ ਕਿ ਕਿੰਨੇ ਆਪਦੇ ਇੰਡੀਆ ਤੋਂ ਹੈ, ਕਿੰਨੇ ਕਿੱਥੇ, ਕਿਉਂਕਿ ਮੈਂ ਇਹ ਡਿਫਰੈਂਸ਼ੀਏਟ ਨਹੀਂ ਕਰਦਾ। ਜਦ ਆਪਾਂ ਕਮਿਊਨਿਟੀ ਲਈ ਖੜੇ ਹਾਂ ਤਾਂ ਕਮਿਊਨਿਟੀ ਰੀਪ੍ਰੈਜੈਂਟੇਟਿਵ ਵੀ ਹੈ। ਅੱਛਾ, ਤੁਸੀਂ ਲਵ ਮੰਡਰੇਵਾ ਪਾਰਟੀ ਤੋਂ ਇਸ ਵਾਰ ਲੋਕਲ ਬੋਰਡ ਚੋਣਾਂ ਦੇ ਵਿੱਚ ਹੋ, ਅਤੇ ਨਵੀਂ ਪਾਰਟੀ ਦੇ ਨਾਲ ਤੁਸੀਂ ਚੋਣਾਂ ਲੜ ਰਹੇ ਹੋ, ਕੀ ਲੱਗਦਾ ਕਿ ਜੇਕਰ ਕੋਈ ਰਵਾਇਤੀ ਪਾਰਟੀ ਚੋਣੀ ਹੁੰਦੀ ਜਿੱਦਾਂ ਕਿ ਲੇਬਰ ਆ ਜਾਂ ਨੈਸ਼ਨਲ ਆ, ਸੌਖਾ ਹੋ ਜਾਣਾ ਸੀਗਾ ਅੱਗੇ ਆਉਣਾ, ਜਾਂ ਫਿਰ ਤੁਹਾਨੂੰ ਲੱਗਦਾ ਕਿ ਨਹੀਂ ਇੱਕ ਨਵੀਂ ਪਾਰਟੀ ਦੇ ਨਾਲ ਲੋਕਾਂ ਤੱਕ ਪਹੁੰਚ ਕਰਨਾ ਇਹ ਜ਼ਿਆਦਾ ਸੌਖਾ ਆ? ਦੇਖੋ ਭਾਜੀ, ਮੈਂ ਇੱਥੇ ਕਿਸੇ ਪਾਰਟੀ ਲਈ ਟਿੱਪਣੀ ਤਾਂ ਨਹੀਂ ਕਰਨੀ, ਪਰ ਮੈਂ ਇਹ ਨਹੀਂ ਚਾਹੁੰਦਾ ਕਿ ਮੈਨੂੰ ਵਿਲਿੰਗਟਨ ਬੈਠੇ ਕੋਈ ਬੰਦਾ ਦੱਸੇ ਕਿ ਮੈਂ ਕਿਆ ਕਰਨਾ। ਮੈਂ ਲੋਕਲ ਬੋਰਡ ਦੇ ਵਿੱਚ ਲੋਕਾਂ ਨਾਲ ਵਰਤਣਾ ਚਾਹੁੰਦਾ, ਲੋਕੀ ਮੈਨੂੰ ਆ ਕੇ ਦੱਸਣ। ਜਦ ਤੁਸੀਂ ਪਬਲਿਕਲੀ ਕੰਮ ਕਰਦੇ, ਤੁਹਾਨੂੰ ਇੱਕ ਚੀਜ਼ ਆਪਣੇ ਦਿਮਾਗ 'ਚ ਰੱਖਣੀ ਪੈਂਦੀ ਹੈ ਕਿ ਲੋਕੀ ਬੌਸ ਹੈ, ਤੁਸੀਂ ਲੋਕਾਂ ਲਈ ਕੰਮ ਕਰਦੇ ਹੋ। ਜਿਵੇਂ ਆਪਾਂ ਕੋਈ ਕੰਪਨੀ ਲਈ ਕੰਮ ਕਰਦੇ ਹਾਂ ਤਾਂ ਕੰਪਨੀ ਬੌਸ ਹੁੰਦੀ ਹੈ, ਆਪਾਂ ਉਹਨਾਂ ਦੇ ਵਰਕਰ ਹੁੰਦੇ ਜਾਂ ਕੋਈ ਮੈਨੇਜਰ ਹੁੰਦਾ, ਇਹ ਚੀਜ਼ ਆਪਾਂ ਨੂੰ ਕੰਸਿਡਰ ਕਰਨੀ ਬਹੁਤ ਲੋੜ ਹੈ।
ਮੈਂ ਲਵਮਨ ਰੇਵਾ ਇਸ ਲਈ ਚੁਣਿਆ ਕਿਉਂਕਿ ਮੈਂ ਇੱਕ ਪਹਿਲਾਂ ਇੱਕ ਪਾਰਟੀ ਨੂੰ ਅਪਰੋਚ ਕੀਤਾ ਸੀ, ਉਹ ਪਾਰਟੀ ਮੈਨੂੰ ਕਹਿੰਦੀ, ਮੈਂ ਨਾਮ ਤਾਂ ਨਹੀਂ ਲੈਣਾ, ਪ੍ਰਾਈਵੇਸੀ ਦੇ ਅਗੇਂਸਟ ਹੁੰਦਾ, ਕਿ ਉਹ ਮੈਨੂੰ ਕਹਿੰਦੀ ਇੰਡੀਅਨ ਕਮਿਊਨਿਟੀ ਜਿੱਤ ਨਹੀਂ ਸਕਦੀ, ਜਾਂ ਤਾਂ ਮੈਂ ਵੀ ਕੰਬਲ ਲੈ ਕੇ ਘਰੇ ਸੋ ਸਕਦਾ ਸੀ। ਮੈਂ ਕਿਹਾ ਚਲੋ ਉਹਨੇ ਕਹਿ ਤਾ ਕੋਈ ਨੀ, ਮੈਂ ਕਿਹਾ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ, ਵਾਰੀਅਰ ਕਹਾਉਂਦੇ ਆ, ਆਪਾਂ ਮੈਦਾਨ 'ਚ ਹੀ ਆਉਣੇ। ਆਹ ਪਾਰਟੀ ਨੇ ਡਿਵਰਸਿਟੀ ਦੀ ਗੱਲ ਕਰਦੀ ਹੈ, ਆਪਦੀ ਵੈਲਿਊਜ਼ ਜਿਹੜੀ ਹੈ ਉਹ ਉਹਨਾਂ ਨਾਲ ਅਲਾਈਨ ਕਰਦੀ ਹੈ, ਤਾਂ ਮੈਂ ਲਵਮਨ ਰੇਵਾ ਚੁਣਿਆ। ਦੇਖੋ ਇੱਕ ਇਹ ਡਿਵਰਸਿਟੀ ਦੀ ਗੱਲ ਹੈ, ਇੱਥੇ ਨਿਊਜ਼ੀਲੈਂਡ ਬਹੁਤ ਵੱਡੀ ਗੱਲ ਚੱਲਦੀ ਹੈ ਡਿਵਰਸਿਟੀ ਐਂਡ ਇਨਕਲੂਜਨ। ਜਿਹੜੀ ਡਿਵਰਸਿਟੀ ਹੈ ਉਹ ਲਵਮਨ ਰੇਵਾ ਇਕੱਲੀ ਪਾਰਟੀ ਹੈ ਜਿੱਥੇ ਸਾਰੀ ਨੈਸ਼ਨੈਲਿਟੀ ਦੇ ਬੰਦੇ ਆ। ਸਾਡੇ ਕੋਲ ਸਾਮੋਨ ਬੰਦਾ ਵੀ ਹੈ, ਸਾਡੇ ਕੋਲ ਗੋਰੇ ਵੀ ਹੈ ਜਿਹੜੇ ਇੱਥੇ ਦੇ ਹੈ, ਸਾਡੇ ਕੋਲ ਮੋਰੀ ਬੰਦੇ ਵੀ ਹੈ, ਸਾਡੇ ਕੋਲ ਫਿਜੀ ਇੰਡੀਅਨ ਵੀ ਹੈ, ਸਾਡੇ ਕੋਲ ਨੂਏਨ ਵੀ ਹੈ, ਔਰ ਜਿਹੜੀ ਕਮਿਊਨਿਟੀ ਹੈ ਉਹਦੀ ਕੰਬੀਨੇਸ਼ਨ ਵੀ ਹੈ ਸਾਡੀ ਕਮਿਊਨਿਟੀ। ਤਾਂ ਸਾਡੀ ਡਿਵਰਸਿਟੀ ਹੈ, ਇੱਕ ਤਾਂ ਆਪਾਂ ਨੂੰ ਉਹਨਾਂ ਦੇ ਕਲਚਰ ਦੇ ਬਾਰੇ ਸਿੱਖਣ ਨੂੰ ਮਿਲਦਾ, ਇੱਕ ਉਹਨਾਂ ਨੂੰ ਸਾਡੇ ਕਲਚਰ ਦੇ ਬਾਰੇ ਸਿੱਖਣਾ ਪੈਂਦਾ, ਜਿਹੜਾ ਗੈਪ ਬਹੁਤ ਵੱਡਾ ਇਸ ਕਮਿਊਨਿਟੀ 'ਚ। ਇਸ ਲਈ ਮੈਂ ਭਾਜੀ ਲਵਮਨ ਰੇਵਾ ਚੁਣਿਆ। ਮੈਂ ਤਾਂ ਆਪ ਵੀ ਚੁਣਿਆ, ਉਹਨਾਂ ਨੇ ਵੀ ਮੈਨੂੰ 1,07,000 ਬੰਦਿਆਂ ਵਿੱਚੋਂ ਮੈਨੂੰ ਇਕੱਲੇ ਨੂੰ ਇਸ ਲਈ ਚੁਣਿਆ ਕਿਉਂਕਿ ਮੈਂ ਜਿਹੜਾ ਕੰਮ ਪੁਰਾਣਾ ਕਰਿਆ, ਰਾਤੋਂ ਰਾਤ ਨਹੀਂ ਉੱਠ ਕੇ ਉਹਨਾਂ ਨੇ ਮੈਨੂੰ ਚੂਜ਼ ਕਰ ਲਿਆ ਕਿ ਮਾਰਸ਼ਲ ਆ ਜਾ, ਲੋਕਲ ਬੋਰਡ ਦੇ ਇਲੈਕਸ਼ਨ ਆ ਰਹੇ ਆ, ਤੂੰ ਖੜ ਜਾ। ਜੇ ਇਹ ਪਾਰਟੀ ਵੀ ਨਾ ਚੁਣਦੀ ਭਾਜੀ, ਮੈਂ ਆਜ਼ਾਦ ਉਮੀਦਵਾਰ ਖੜਨ ਲਈ ਵੀ ਤਿਆਰ ਸੀ ਇਸ ਮੈਦਾਨ 'ਚ। ਠੀਕ ਹੈ ਮਾਰਸ਼ਲ, ਤੁਸੀਂ ਬੀਇੰਗ ਅ ਯੂਥ ਬਹੁਤ ਐਨਰਜੈਟਿਕ ਹੋ, ਬਹੁਤ ਥੋੜ੍ਹੇ ਜਿਹੇ ਜੋਸ਼ ਵੀ ਹੈ, ਪਰ ਯੂਥ ਜਿਹੜਾ ਆ ਉਹ ਸਮੇਂ ਸਮੇਂ 'ਤੇ ਉਹਨੂੰ ਗਾਈਡੈਂਸ ਦੀ ਲੋੜ ਪੈਂਦੀ ਰਹਿੰਦੀ ਹੈ। ਪਿਛਲੇ ਦਿਨੀ ਖਬਰਾਂ ਦੇ ਵਿੱਚ ਸੀ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਯੂਥ ਹੈ ਉਹ ਪਿਛਲੇ 1 ਸਾਲ ਦੇ ਵਿੱਚ ਉਹ ਡਬਲ ਹੋ ਗਏ ਨੰਬਰ ਜੋ ਬੈਨੀਫਿਟ 'ਤੇ ਨੇ, ਰਾਈਟ। ਮਨਰੇਵਾ ਸਾਊਥ ਆਕਲੈਂਡ ਦਾ ਇੱਦਾਂ ਦਾ ਸਬਬ ਹੈ ਜਿੱਥੇ ਮੈਨੂੰ ਲੱਗਦਾ ਇਹ ਬੈਨੀਫਿਟ ਐਂਡ ਬੇਰੁਜ਼ਗਾਰੀ ਜਿਹੜੀ ਆ ਉਹ ਵੀ ਅਲਾਰਮਿੰਗ ਇਸ਼ੂ ਹੈ। ਯੂਥ ਨੂੰ ਲੈ ਕੇ ਤੁਹਾਡੇ ਕੀ ਪਲਾਨ ਨੇ? ਦੇਖੋ ਜੀ, ਯੂਥ ਨੂੰ ਲੈ ਕੇ ਬਹੁਤ ਵੱਡੇ ਪਲਾਨ ਹੈ। ਆਪ ਇੱਕ ਤਾਂ ਪਹਿਲਾਂ ਆਪ ਹੀ ਯੂਥ ਹੋ ਕੇ ਦੇਖੋ ਆਪਾਂ ਨੇ ਕੀ ਕਰਨਾ, ਇੰਪਲੋਇਮੈਂਟ ਓਪਰਚੁਨਿਟੀ ਜਨਰੇਟ ਕਰਨੀ ਹੈ। ਇੰਪਲੋਇਮੈਂਟ ਹਰ ਜਗ੍ਹਾ ਹੈ, ਪਰ ਲੋਕਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਲੱਗਦਾ ਕਿ ਇੰਪਲੋਇਮੈਂਟ, ਜਿਵੇਂ ਹੁਣ ਆਪਾਂ ਹੈ, ਹਰ ਬੁੱਧਵਾਰ ਨੂੰ ਸਾਡੀ ਵੀ ਤਨਖਾਹਾਂ ਆਉਂਦੀ ਹੈ, ਤਨਖਾਹ ਜਦ ਆਉਂਦੀ ਹੈ ਬੰਦਾ ਬਹੁਤ ਖੁਸ਼ ਹੁੰਦਾ ਹੈ। ਜਦ ਤੁਹਾਡੀ ਤੁਸੀਂ ਬੈਨੀਫਿਟ ਨਾਲ ਕੰਪੇਅਰ ਕਰਦੇ ਹੋ ਆਪਦੀ ਤਨਖਾਹ, ਉਹ ਮੈਨੂੰ ਲੱਗਦਾ 50% ਡਬਲ ਹੀ ਹੋਏਗੀ ਜੇ ਤੁਸੀਂ 40 ਘੰਟੇ ਕੰਮ ਕਰਦੇ ਹੋ। ਇੱਕ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਦੇਖੋ ਭਾਜੀ, ਬੰਦੇ ਤੋਂ ਗਲਤੀਆਂ ਬਹੁਤ ਹੁੰਦੀਆਂ ਲਾਈਫ 'ਚ, ਕਿਸੇ ਨਾ ਕਿਸੇ ਨੂੰ ਗਲਤੀ ਹੋਈ ਹੋਏਗੀ। ਆਪਾਂ ਨੂੰ ਉਹਦੀ ਕ੍ਰਿਮੀਨਲ ਹਿਸਟਰੀ ਆ, ਉਹ ਹਿਸਟਰੀ ਚੈੱਕ, ਮੈਨੂੰ ਕਹਿੰਦਾ ਜ਼ਰੂਰੀ ਹੈ ਕਰਨੀ ਚੈੱਕ, ਉਹ ਚੈੱਕ ਕਰਕੇ ਬੰਦੇ ਨੂੰ ਚਾਂਸ ਦੇਣਾ ਜ਼ਰੂਰੀ ਹੈ। ਹੁਣ ਮਨਰੇਵਾ ਕ੍ਰਾਈਮ ਰੇਟ ਬਹੁਤ ਵੱਡਾ ਹਾਲ ਹੈ, ਪਰ ਜੇ ਆਪਾਂ ਉਹ ਮਾਈਂਡ, ਲੋਕਾਂ ਦਾ ਮਾਈਂਡ ਸੈੱਟ ਨਹੀਂ ਚੇਂਜ ਕਰਾਂਗੇ। ਸਭ ਤੋਂ ਪਹਿਲੀ ਗੱਲ ਤਾਂ ਇੱਥੇ ਫੜਨ ਦੀ ਲੋੜ ਹੈ ਕਿ ਲੋਕੀ ਕਰਦੇ ਕਿਉਂ ਹੈ, ਲੋਕੀ ਕਰਦੇ ਕਿਉਂ। ਮੈਨੂੰ ਪਤਾ ਉਹ XYZ ਨੇ ਕੀਤਾ, ਪਰ ਉਹ ਲੋਕਾਂ ਨੇ ਕੀਤਾ ਕਿਉਂ ਹੈ? ਲੋਕਾਂ ਦੇ ਘਰੇ ਇਸ ਟਾਈਮ ਜਿਹੜੀ ਬੇਸਿਕ ਨੈਸੈਸਿਟੀਜ਼ ਆਫ ਲਾਈਫ ਹੈ ਉਹ ਵੀ ਔਖੀ ਹੋਈ ਵੀ ਹੈ, ਕਿਉਂਕਿ ਕੋਸਟ ਆਫ ਲਿਵਿੰਗ ਤਾਂ ਬਹੁਤ ਵੱਡਾ ਟੋਪਿਕ ਹੈ ਇਸ ਟਾਈਮ, ਉਹ ਮੈਂ ਨਹੀਂ ਸੋਲਵ ਕਰ ਸਕਦਾ। ਪਰ ਮੈਂ ਇਹ ਜ਼ਰੂਰ ਸੋਲਵ ਕਰ ਸਕਦਾ ਕਿ ਲੋਕਾਂ ਨੂੰ ਓਪਰਚੁਨਿਟੀ, ਇੰਪਲੋਇਮੈਂਟ ਓਪਰਚੁਨਿਟੀ ਕਿਵੇਂ ਪ੍ਰੋਵਾਈਡ ਕਰਨੀ। ਹੁਣ ਜਿਹੜੀ ਕੰਪਨੀ ਨਾਲ ਮੈਂ ਕੰਮ ਕਰਦਾ, ਮੈਂ ਨਾਮ ਤਾਂ ਨਹੀਂ ਲੈਣਾ, ਪਰ ਉਹ ਬੰਦੇ ਕ੍ਰਿਮੀਨਲ ਹਿਸਟਰੀ ਚੈੱਕ ਕਰਕੇ ਲੋਕਾਂ ਨੂੰ ਇੱਕ ਚਾਂਸ ਜ਼ਰੂਰ ਦਿੰਦੇ ਆ ਕਿ ਚੱਲ ਬੰਦੇ ਨੂੰ ਸਿੱਖਣ ਦਾ ਮੌਕਾ ਮਿਲਦਾ। ਸਾਡੇ ਕੋਲ ਇਹੋ ਜਿਹੇ ਬੰਦੇ ਵੀ ਜਿਹੜੀ ਕੰਪਨੀ 'ਚ ਮੈਂ ਕੰਮ ਕਰਦਾ, ਜਿਹੜੇ 20-20 ਸਾਲ ਜਿਨ੍ਹਾਂ ਨੇ ਜੇਲ੍ਹਾਂ 'ਚ ਵੀ ਲਾਇਆ ਹੋਇਆ, ਪਰ ਅਸੀਂ ਉਹਨਾਂ ਨੂੰ ਚਾਂਸ ਦਿੱਤਾ ਕਿਉਂਕਿ ਬੰਦੇ ਨੂੰ ਸਿੱਖਣ ਨੂੰ ਚਾਂਸ ਦੇਣਾ ਜ਼ਰੂਰੀ ਹੈ ਲਾਈਫ 'ਚ। ਵਰਨਾ ਅਗਰ ਆਪਾਂ ਉਹਨਾਂ ਨੂੰ ਚਾਂਸ ਨਹੀਂ ਦੇਵਾਂਗੇ, ਫਿਰ ਉਹ ਜਾ ਕੇ ਉਹੀ ਕੰਮ ਕਰਨਗੇ ਜਿਹੜਾ ਆਪਾਂ ਨੂੰ ਕਮਿਊਨਿਟੀ 'ਚ ਕਰਨ ਦੀ ਲੋੜ ਨਹੀਂ ਹੈ। ਮੈਨੂੰ ਇਹ ਦੱਸੋ ਕਿ ਲਵ ਮਨਰੇਵਾ ਤੁਹਾਡੀ ਜਿਹੜੀ ਟੀਮ ਹੈ ਇਹਦੇ ਵਿੱਚ ਤੁਸੀਂ ਕਿੰਨੇ ਲੋਕ ਹੋ ਜਿਹੜੇ ਕੈਂਡੀਡੇਟ ਹੋ, ਅਤੇ ਲਵ ਮਨਰੇਵਾ ਦਾ ਮਨਰੇਵਾ ਨੂੰ ਲੈ ਕੇ ਵਿਜ਼ਨ ਕੀ ਹੈ? ਦੇਖੋ ਜੀ, ਪਹਿਲੀ ਗੱਲ ਇੱਥੇ ਕੰਸਿਡਰ ਕਰਨ ਦੀ ਲੋੜ ਹੈ, ਜਿਹੜੀ ਆਪਣੀ ਕਮਿਊਨਿਟੀ ਕਈ ਵਾਰ ਮਾਰ ਖਾ ਜਾਂਦੀ ਹੈ, ਇਹਦੇ ਵਿੱਚ ਅੱਜ ਤੋਂ ਨਹੀਂ, ਫਰਾਈਡੇ ਤੋਂ ਪੇਪਰ ਆਉਣੇ ਸਟਾਰਟ ਹੋ ਚੁੱਕੇ ਹੈ। ਇਹਦੇ 'ਚ ਬਹੁਤ ਸਿੰਪਲ ਪ੍ਰੋਸੈਸ ਹੈ ਭਾਜੀ, ਕੋਈ ਔਖਾ ਪ੍ਰੋਸੈਸ ਨਹੀਂ ਹੈ। ਤੁਹਾਨੂੰ ਸਭ ਤੋਂ ਪਹਿਲੀ ਕੋਲਮ ਹੁੰਦਾ ਮੇਅਰ ਦਾ, ਜਿਹਦੇ ਵਿੱਚ ਤੁਹਾਨੂੰ 1 ਵੋਟ ਪਾਣੀ ਹੁੰਦੀ ਹੈ। ਉਹਦੇ ਬਾਅਦ ਆਉਂਦੇ ਕੌਂਸਲਰ, ਕਿਉਂਕਿ ਮਨਰੇਵਾ ਪਾਪਾ ਪੂਰਾ ਟੁਗੈਦਰ, ਉਹਦੇ 'ਚ ਤੁਹਾਨੂੰ 2 ਕੌਂਸਲਰ ਚੁਣਨੇ ਪੈਂਦੇ। ਉਹਦੇ ਬਾਅਦ ਆਉਂਦਾ ਹੈ ਤੁਸੀਂ ਪੇਜ ਫਲਿੱਪ ਕਰੋਗੇ, ਕਿਉਂਕਿ ਮੈਂ ਹੁਣੇ ਆਪਦੀ ਵੋਟ ਪਾ ਕੇ ਆਇਆ ਅਤੇ ਕਾਊਂਟ ਡਾਊਨ ਡਰੋਪ ਕਰਕੇ ਆਇਆ। ਉਹਦੇ ਵਿੱਚ 8 ਬੰਦੇ ਤੁਹਾਨੂੰ ਲੋਕਲ ਬੋਰਡ ਦੇ ਚੁਣਨੇ ਪੈਂਦੇ ਆ। ਉਹਦੇ ਵਿੱਚ ਇੱਕ ਵਾਰ ਮੈਨੂੰ ਮੌਕਾ ਦਿਓ, ਸਾਰੀ ਲਵ ਮਨਰੇਵਾ ਦੀ ਟਿਕ ਨਾਮ ਟਿਕ ਕਰੋ। ਮੇਰਾ ਨਾਮ ਤਾਂ ਸਭ ਤੋਂ ਪਹਿਲਾਂ, ਤੁਹਾਨੂੰ ਜ਼ਿਆਦਾ ਭਾਲਣ ਦੀ ਲੋੜ ਵੀ ਨਹੀਂ ਹੈ, ਸਭ ਤੋਂ ਪਹਿਲਾਂ ਨਾਮ ਹੀ ਮੇਰਾ ਮਾਰਸ਼ਲ, ਉਹਨੂੰ ਟਿਕ ਕਰੋ। ਉਹਦੇ ਬਾਅਦ ਆਉਂਦਾ ਹੈ ਇੱਕ ਹੋਰ ਬੰਦਾ, ਕਿਉਂਕਿ ਤੁਸੀਂ ਮਨਰੇਵੇ ਨੂੰ ਬਿਲੋਂਗ ਕਰਦੇ, ਕਈ ਏਰੀਆ ਵੇਰੀ ਲਾਇਸੈਂਸਿੰਗ ਟਰੱਸਟ 'ਤੇ ਵੀ ਬਿਲੋਂਗ ਕਰਦੇ, ਜਿਹੜੀ ਗੈਮਲਿੰਗ ਦੀ ਮਨੀ ਹੁੰਦੀ ਹੈ, ਜਿਹੜੀ ਕਮਿਊਨਿਟੀ 'ਚ ਯੂਜ਼ ਹੁੰਦੀ ਹੈ, ਉਹਨਾਂ ਕੋਲ ਘੱਟੋ ਘੱਟ ਸਾਲ ਦੇ $3.2 million ਹੁੰਦੇ, ਜਿਹੜੇ ਯੂਟੀਲਾਈਜ਼ ਹੋਣੇ ਹੁੰਦੇ ਆ। ਉਹ ਬੰਦ ਕਰਕੇ ਜਦ ਤੁਸੀਂ ਉਹ ਭਰਤਾ ਸਾਰਾ, ਉਹਨੂੰ ਇਨਵੈਲਪ 'ਚ ਪਾ ਕੇ ਕਾਊਂਟਡਾਊਨ, ਲਾਇਬ੍ਰੇਰੀ, ਪੋਸਟ ਆਫਿਸ, ਇੱਕ ਟਾਕਨੀ ਨੇ ਗੁਰੂ ਕਰਨੇ ਵੀ ਸਰਲਾ ਦਿੱਤਾ, ਜਿਹੜਾ ਹਰ ਸੰਡੇ 11 ਤੋਂ ਲੈ ਕੇ 1:30 ਵਜੇ ਤੱਕ ਇਲੈਕਟਰਲ ਕਮਿਸ਼ਨ ਉੱਥੇ ਹੋਏਗੀ। ਉਹਨਾਂ ਨੇ ਆਪਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਕਿਸੇ ਨੂੰ, ਆਪਦਾ ਇਨਵੈਲਪ ਬੰਦ ਕਰੋ, ਉੱਥੇ ਜਾ ਕੇ ਡਰੋਪ ਕਰ ਦਿਓ। ਆਪਾਂ ਉੱਥੇ ਜਾ ਕੇ ਜ਼ਿਆਦਾ ਤੋਂ ਜ਼ਿਆਦਾ ਉੱਥੇ ਡਰੋਪ ਕਰੀਏ, ਕਿਉਂਕਿ ਕੱਲ੍ਹ ਨੂੰ ਜਨਰਲ ਇਲੈਕਸ਼ਨ ਵੀ ਆਉਣੇ, ਸਾਰਿਆਂ ਨੂੰ ਸੌਖਾ ਹੈ ਗੁਰੂ ਘਰ ਜਾਣਾ, ਇੱਕ ਤਾਂ ਬੰਦਾ ਮੱਥਾ ਟੇਕ ਲੈਂਦਾ, ਆਪਣੀ ਵੋਟ ਵੀ ਹੈ। ਵੋਟ ਪਾਣੀ ਬਹੁਤ
ਜਿਹੜਾ ਸਭ ਤੋਂ ਵੱਡਾ ਟੌਪਿਕ ਹੈ ਮੰਡਰੇ ਵਿੱਚ ਉਹ ਕਮਿਊਨਿਟੀ ਸੇਫਟੀ ਸੇਫਰ ਸਟਰੀਟ ਹੋਣੀ ਬਹੁਤ ਜ਼ਰੂਰੀ ਹੈ ਉਹ ਤਾਂ ਹੀ ਹੋ ਸਕਦੀ ਹੈ ਦੇਖੋ ਮੈਂ ਇੱਥੇ ਇਹਦਾ ਨਹੀਂ ਕਹਿ ਸਕਦਾ ਮੈਂ ਇਹ ਲਵਾ ਦੂੰ ਉਹ ਲਵਾ ਦੂੰ ਆਪਾਂ ਕੀ ਇਹਦੇ 'ਚ ਕਰ ਸਕਦੇ ਜਿਹੜੀ ਪੁਲਿਸ ਦੀ ਵਿਜਨ ਹੈ ਪੁਲਿਸ ਦੀ ਸੁਰੱਖਿਆ ਉਹ ਜ਼ਿਆਦਾ ਉਹ ਕੀ ਕਹਿੰਦੇ ਉਹਨਾਂ ਨੂੰ ਬੁਲਾ ਕੇ ਮੀਟਿੰਗ ਕਰ ਸਕਦੇ ਬਿਜ਼ਨਸ ਨਾਲ ਕਿ ਕਿਵੇਂ ਇਕੱਠੇ ਕੰਮ ਕਰੀਏ ਦੂਜੀ ਜਿਹੜੀ ਹੈ ਸਾਡੀ ਸਭ ਤੋਂ ਵੱਡਾ ਕਲਾਈਮੇਟ ਚੇਂਜ ਕਲਾਈਮੇਟ ਬਹੁਤ ਵੱਡਾ ਫੈਕਟਰ ਹੈ ਜਿਹੜਾ ਆਪਣੀ ਕਮਿਊਨਿਟੀ ਵੀ ਥੋੜ੍ਹਾ ਨਿਗਲੈਕਟ ਜਿਹਾ ਕਰਦੀ ਹੈ ਉਹ ਸਿੱਖਣਾ ਬਹੁਤ ਜ਼ਰੂਰੀ ਹੈ ਤੀਜੀ ਗੱਲ ਹੈ ਬੈਕਿੰਗ ਲੋਕਲ ਬਿਜ਼ਨਸ ਲੋਕਲ ਬਿਜ਼ਨਸ ਨੂੰ ਬੈਕ ਕਰਨਾ ਬਹੁਤ ਜ਼ਰੂਰੀ ਹੈ ਉਹ ਕਿਵੇਂ ਕਰ ਸਕਦੇ ਹੈ ਇੱਕ ਕਲਚਰਲ ਐਕਟੀਵਿਟੀਆਂ ਕਰਾ ਕੇ ਕਮਿਊਨਿਟੀ ਐਕਟੀਵਿਟੀ ਕਰਕੇ ਲੋਕਾਂ ਨੂੰ ਆਪਣੇ ਜਿਹੜੀ ਸ਼ੋਪ ਹੈ ਉਹਨਾਂ ਦੇ ਬਾਰੇ ਦੱਸਣਾ ਉਹ ਤੀਜਾ ਵਿਜ਼ਨ ਹੈ ਹੈ ਤਾਂ ਵਿਜ਼ਨ ਭਾਜੀ ਬਹੁਤ ਜ਼ਿਆਦਾ ਪਰ ਉਹ ਤਾਂ ਹੀ ਫੁਲਫਿਲ ਹੋ ਜਾਓਗੇ ਜੇ ਕਮਿਊਨਿਟੀ ਹੈ ਪਰ ਆਹ ਤਿੰਨ ਸਾਡੇ ਮੇਨ ਹੈ ਕਿ ਇਹ ਆਪਾਂ ਜ਼ਰੂਰ ਕਰਨਾ ਦੂਜੀ ਗੱਲ ਹੈ ਜਿਹੜੇ ਪਲੇ ਗਰਾਊਂਡ ਹੈ ਹੁਣ ਆਪਦੇ ਬਜ਼ੁਰਗਾਂ ਲਈ ਆਪਣੇ ਬਜ਼ੁਰਗਾਂ ਲਈ ਸਹਾਰਾ ਕੀ ਹੈ ਗੁਰੂ ਘਰ ਤੋਂ ਘਰੇ ਆਪਾਂ ਨੇ ਇੱਕ ਇਹੋ ਜਿਹੀ ਵੀ ਜਗ੍ਹਾ ਬਣਾਉਣੀ ਹੈ ਮਨਰੇਵੇ 'ਚ ਜਿਹੜੇ 'ਚ ਜਿੱਥੇ ਜਾ ਕੇ ਆਪਣੇ ਬਜ਼ੁਰਗ ਬਹਿ ਸਕਣ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਸੱਤ ਉਹ ਬਣਾ ਕੇ ਦੇਣੀ ਹੈ ਮੈਂ ਵਾਅਦਾ ਤਾਂ ਨਹੀਂ ਕਰਦਾ ਪਰ ਲੋਕਲ ਬੋਰਡ ਨਾਲ ਮਿਲ ਕੇ ਉਹ ਵੀ ਚੀਜ਼ ਆਪਾਂ ਔਰਗਨਾਈਜ਼ ਕਰਨੀ ਇੱਕ ਜਿਹੜਾ ਆਪਣੀ ਕਮਿਊਨਿਟੀ ਸਭ ਤੋਂ ਵੱਡੀ ਲੋੜ ਹੈ ਗੁਰੂ ਘਰ ਦੇ ਬਾਹਰ ਜ਼ੈਬਰਾ ਕ੍ਰੋਸਿੰਗ ਉਹ ਆਪਾਂ ਬਣਾ ਕੇ ਜ਼ਰੂਰ ਦੇਣੀ ਹੈ ਠੀਕ ਹੈ ਉਹ ਵੀ ਲੋਕਾਂ ਨੂੰ ਦਿਖਾਉਣਾ ਹੈ ਕਿ ਬਣ ਸਕਦੇ ਜੇ ਵਧੀਆ ਬੰਦੇ ਚੁਣੇ ਜਾਣ ਠੀਕ ਮਾਰਸ਼ਲ ਤੁਸੀਂ ਲੰਬੇ ਸਮੇਂ ਤੋਂ ਵੈਸੇ ਤਾਂ ਵਲੰਟੀਅਰ ਸਰਵਿਸ ਨਾਲ ਜੁੜੇ ਹੋਏ ਹੋ ਅਤੇ ਕੀ ਲੱਗਦਾ ਕਿ ਤੁਸੀਂ ਜੇਕਰ ਲੋਕਲ ਬੋਰਡ ਦੇ ਮੈਂਬਰ ਚੁਣ ਕੇ ਆਉਂਦੇ ਹੋ ਤਾਂ ਫਿਰ ਵਲੰਟੀਅਰ ਸਰਵਿਸਿਸ ਨੂੰ ਵੀ ਉਦੋਂ ਜਾਰੀ ਰੱਖੋਗੇ ਜਾਂ ਫਿਰ ਨਹੀਂ ਤੁਹਾਡਾ ਬਹੁਤਾ ਫੋਕਸ ਜਿਹੜਾ ਸਿਰਫ ਮੰਡਰੇਵਾ 'ਤੇ ਰਹਿਣਾ ਹੁਣ ਤਾਂ ਤੁਸੀਂ ਆਊਟ ਆਫ ਮੰਡਰੇਵਾ ਵੀ ਬਹੁਤ ਕਾਫੀ ਸਾਰਾ ਕੰਮ ਕਰਦੇ ਹੋ ਸੋ ਉਹਨੂੰ ਕਿੱਦਾਂ ਤੁਸੀਂ ਗੈਪ ਨੂੰ ਬ੍ਰਿਜ ਕਰੋਗੇ ਦੇਖੋ ਭਾਜੀ ਆਪਦੀ ਟਾਈਮ ਮੈਨੇਜਮੈਂਟ ਕਰਨੀ ਇੱਥੇ ਆ ਕੇ ਬੰਦੇ ਨੂੰ ਸਿੱਖਣੀ ਪੈਂਦੀ ਹੈ ਦੇਖੋ ਬਿਊਟੀਫਿਕੇਸ਼ਨ ਟਰੱਸਟ ਦਾ ਪਹਿਲਾ ਪੰਜਾਬੀ ਬੋਰਡ 'ਚ ਮੈਂਬਰ ਹੈ ਫੁੱਲ ਟਾਈਮ ਜੋਬ ਨਾਲ ਉਹ ਵੀ ਮੈਂ ਕਰਦਾ ਉਹ ਵੀ ਵਾਲੰਟੀਅਰ ਵਰਕ ਹੈ ਵਾਲੰਟੀਅਰ ਕੰਮ ਨਾਲ ਨਾਲ ਚੱਲਦਾ ਰਹੂਗਾ ਉਹ ਆਪਦੀ ਟਾਈਮ ਮੈਨੇਜਮੈਂਟ ਕਰਕੇ ਉਹਨਾਂ ਨਾਲ ਕਿਉਂਕਿ ਉਹ ਕੰਮ ਮੈਂ ਛੱਡ ਨਹੀਂ ਸਕਦਾ ਕਿਉਂਕਿ ਜੇ ਮਾਰਸ਼ਲ ਦੀ ਅੱਜ ਪਛਾਣ ਹੈ ਉਹ ਵਾਲੰਟੀਅਰ ਵਰਕ ਨਾਲ ਹੀ ਬਣੀ ਹੈ ਆਪਦਾ ਉਹ ਕੰਮ ਨਹੀਂ ਮੈਂ ਛੱਡਣਾ ਚਾਹੇ ਮੈਂ ਮੈਂਗਰੀ ਜਾ ਕੇ ਸਟੀਟਾਂ ਕਲੀਨ ਕਰਾਂ ਚਾਹੇ ਮੈਂ ਭੁੱਕੀ ਕੋਈ ਜਾ ਕੇ ਕਰਾਂ ਉਹ ਕਰਦਾ ਰਹੂੰਗਾ ਜੇ ਲੋਕਲ ਬੋਰਡ ਤਾਂ ਚੁਣਿਆ ਗਿਆ ਜੇ ਕਮਿਊਨਿਟੀ ਨੇ ਸਾਥ ਦਿੱਤਾ ਤੇ ਲੋਕਲ ਬੋਰਡ ਦਾ ਕੰਮ ਤਾਂ ਕਰਨਾ ਹੀ ਕਰਨਾ ਪਰ ਆਪਦਾ ਵਾਲੰਟੀਅਰ ਵਰਕ ਨਾਲ ਜੁੜਨਾ ਜਿਹੜਾ ਵਾਲੰਟੀਅਰ ਵਰਕ ਅਸੀਂ ਕਰਦੇ ਹਾਂ ਉਹਦੇ ਨਾਲ ਆਪਣੀ ਕਮਿਊਨਿਟੀ ਦਾ ਮਾਈਂਡ ਸੈਟ ਲੋਕਾਂ ਦਾ ਜਿਹੜੀ ਡਿਫਰੈਂਟ ਕਮਿਊਨਿਟੀ ਦਾ ਉਹਦਾ ਬਹੁਤ ਚੇਂਜ ਹੋਇਆ ਕਿਉਂਕਿ ਉਹ ਪਹਿਲਾਂ ਤਾਂ ਸੋਚਦੇ ਇੰਡੀਅਨ ਇੱਥੇ ਆਉਂਦੇ ਕੰਮ ਕਰਦੇ ਆ ਕੰਮ ਕਰਕੇ ਘਰੇ ਜਾਂਦੇ ਘਰ ਲੈ ਲੈ ਇਹ ਲੈ ਲੈ ਪਰ ਕਮਿਊਨਿਟੀ ਨੂੰ ਵਾਪਸ ਨਹੀਂ ਦਿੰਦੇ ਮੈਨੂੰ ਮੈਂ ਇੱਥੇ ਨਹੀਂ ਕਿਸੇ ਨੂੰ ਟਿੱਪਣੀ ਨਹੀਂ ਕਰਦਾ ਆਪਦੀ ਕਮਿਊਨਿਟੀ ਬਹੁਤ ਵਧੀਆ ਕੰਮ ਕਰਦੀ ਹੈ ਕੋਵਿਡ ਤੋਂ ਲੈ ਲਓ ਗੁਰੂ ਘਰਾਂ ਨੇ ਕਿੰਨਾ ਕੰਮ ਕੀਤਾ ਪਰ ਹੋਰ ਵੀ ਕੰਮ ਕਰਨ ਦੀ ਲੋੜ ਹੈ ਆਪਣੀ ਯੂਥ ਨੂੰ ਲੋਕੀ ਤਾਂ ਕਰ ਰਹੇ ਆਰਗਨਾਈਜੇਸ਼ਨਾਂ ਬਹੁਤ ਵਧੀਆ ਕੰਮ ਕਰੇ ਪਰ ਆਪਦੇ ਯੂਥ ਨੂੰ ਉੱਠ ਕੇ ਜਿਹੜੇ ਨਵੇਂ ਵੀ ਪੱਕੇ ਹੋ ਰਹੇ ਉਹਨਾਂ ਨੂੰ ਕਮਿਊਨਿਟੀ ਨੂੰ ਬੈਕ ਦੇਣਾ ਬਹੁਤ ਜ਼ਰੂਰੀ ਹੈ ਅੱਛਾ ਮੰਡਰੇਵੇ ਦੀ ਮੈਂ ਖਾਸ ਤੌਰ 'ਤੇ ਗੱਲ ਕਰ ਰਿਹਾ ਮੰਡਰੇਵਾ ਇੱਕ ਬਹੁਤ ਵਿਸ਼ਾਲ ਸਬਰਬ ਆ ਮੰਡਰੇਵੇ ਦਾ ਇੱਕ ਪਾਸਾ ਇੱਦਾਂ ਦਾ ਵੀ ਹੈ ਜਿਹਨੂੰ ਡਾਰਕ ਸਬਰਬਸ ਕਹਿ ਦਿੰਦੇ ਡਾਰਕ ਜ਼ੋਨਸ ਕਹਿ ਦਿੰਦੇ ਇੱਕ ਪਾਸਾ ਉਹ ਵੀ ਹੈ ਜਿੱਥੇ ਬਹੁਤ ਸਾਰੇ ਬਿਜ਼ਨਸਿਸ ਨੇ ਅਤੇ ਬਹੁਤ ਸਾਰੇ ਭਾਰਤੀ ਜਿਹੜੇ ਨੇ ਪੰਜਾਬੀ ਜਿਹੜੇ ਨੇ ਉਹਨਾਂ ਦੇ ਬਿਜ਼ਨਸ ਨੇ ਇਹਨਾਂ ਦੋਨਾਂ ਪਾਸਿਆਂ ਨੂੰ ਕਲੱਬ ਕਿੱਦਾਂ ਕਰੋਗੇ ਕੀ ਤੁਹਾਡੀਆਂ ਪੋਲਿਸੀਜ ਰਹਿਣਗੀਆਂ ਤਾਂ ਜੋ ਵੱਖ ਵੱਖ ਜਿਹੜੀਆਂ ਸਭਿਅਤਾਵਾਂ ਨੇ ਵੱਖ ਵੱਖ ਕਲਚਰ ਜਿਹੜੇ ਨੇ ਉਹ ਇੱਕ ਦੂਜੇ ਨੂੰ ਜਾਣ ਸਕਣ ਅਤੇ ਇੱਕ ਦੂਜੇ ਦੇ ਨਾਲ ਉਹ ਭਰਪੇ ਦੇ ਨਾਲ ਰਹਿ ਸਕਣ ਦੇਖੋ ਭਾਜੀ ਇੱਕ ਇਕੁਆਲਿਟੀ ਦੀ ਗੱਲ ਕਰਦੇ ਹਾਂ ਸਾਰਿਆਂ ਨੂੰ ਸਾਰੀ ਸਹੂਲਤਾਂ ਸੇਮ ਮਿਲਣੀ ਚਾਹੀਦੀ ਹੈ ਹੁਣ ਵੀ ਜੇ ਆਪਾਂ ਨੂੰ ਕੰਸਿਡਰ ਕਰੀਏ ਆਪਾਂ ਨੂੰ ਕਈ ਵਾਰ ਆਪਾਂ ਨੂੰ ਹਾਰਸ਼ ਟਾਈਮ ਦੇਖਣਾ ਪੈਂਦਾ ਉਹ ਬ੍ਰਿਜ ਗੈਪ ਤਾਂ ਹੀ ਬੰਦ ਹੋਊਗਾ ਜੇ ਆਪਣੇ ਬੰਦੇ ਗਵਰਨੈਂਸ ਲੈਵਲ ਤੇ ਹੋਣਗੇ ਹੁਣ ਗਵਰਨੈਂਸ ਲੈਵਲ ਤੇ ਨਹੀਂ ਹੈ ਇੱਕ ਬੰਦਾ ਸੀ ਪਾਰਲੀਮੈਂਟ 'ਚ ਉਹ ਵੀ ਚਲੇ ਗਿਆ ਹੁਣ ਨਾ ਤਾਂ ਆਪਣੇ ਬੰਦੇ ਲੋਕਲ ਬੋਰਡ 'ਚ ਹੈ ਨਾ ਪਾਰਲੀਮੈਂਟ 'ਚ ਹੈ ਆਪਾਂ ਕੀ ਕਰ ਰਹੇ ਹਾਂ ਆਪਾਂ ਡੇਲੀ ਕੰਪਲੇਨ ਕਰੀ ਜਾ ਰਹੇ ਹਾਂ ਪਰ ਕੰਪਲੇਨ ਤਾਂ ਸੋਲਵ ਹੋਏਗੀ ਜੇ ਆਪਣੇ ਬੰਦੇ ਲੋਕਲ ਬੋਰਡ 'ਚ ਜਾਣਗੇ ਜਿਹੜੀ ਤੁਹਾਡਾ ਕੁਐਸਚਨ ਦਾ ਜਵਾਬ ਸੀ ਮੈਂ ਹਮੇਸ਼ਾ ਕਹਿੰਦਾ ਮੈਂ ਸਟਾਫ 'ਚ ਵੀ ਕਹਿ ਕੇ ਹਟਿਆ ਜਦ ਤੱਕ ਦੂਜੇ ਕਲਚਰ ਸਾਡਾ ਕਲਚਰ ਨਹੀਂ ਸਿੱਖਣਗੇ ਆਪਾਂ ਉਹਨਾਂ ਦਾ ਕਲਚਰ ਨਹੀਂ ਸਿੱਖਣਗੇ ਆਪਾਂ ਉਹਨਾਂ ਦੇ ਕਲਚਰ ਮਤਲਬ ਉਹਨਾਂ ਦੇ ਮਰਾਏ ਜਾਂ ਡਿਫਰੈਂਟ ਕਮਿਊਨਿਟੀ ਔਰਗਨਾਈਜ਼ ਇਵੈਂਟ ਹੁੰਦੇ ਹੁਣ ਆਪਣੇ ਹੱਥ ਤੇ ਦਿਲ ਤੇ ਹੱਥ ਰੱਖ ਕੇ ਸਾਰੇ ਇੱਕ ਗੱਲ ਮੈਨੂੰ ਜਵਾਬ ਦੇ ਦਿਓ ਕਿ ਆਪਾਂ ਜਦ ਕੋਈ ਮੌਰੀ ਬੰਦਾ ਜਾਂ ਗੋਰੇ ਬੰਦੇ ਇਵੈਂਟ ਔਰਗਨਾਈਜ਼ ਕਰਦੇ ਕਿਆ ਆਪਦੀ ਕਮਿਊਨਿਟੀ ਜਾਂਦੀ ਹੈ ਨਹੀਂ ਜਾਂਦੀ ਪਰ ਆਪਾਂ ਫਿਰ ਇਹ ਕਿਉਂ ਚਾਹੁੰਦੇ ਕਿ ਉਹ ਆਪ ਸਾਡੇ ਇਵੈਂਟਾਂ 'ਤੇ ਆ ਜਦ ਤੱਕ ਆਪਾਂ ਉਹਨਾਂ ਦਾ ਕਲਚਰ ਨਹੀਂ ਸਿੱਖਦੇ ਉਹ ਸਾਡਾ ਕਲਚਰ ਨਹੀਂ ਸਿੱਖਦੇ ਤਦ ਤੱਕ ਆਪਾਂ ਕੋਈ ਵੀ ਬ੍ਰਿਜ ਗੈਪ ਨਹੀਂ ਕਲੋਜ਼ ਕਰ ਸਕਦੇ ਹੁਣ ਇੰਡੀਅਨ ਉਹ ਈਜ਼ਲੀ ਟਾਰਗੇਟ ਕਿਉਂ ਕਰਦੇ ਜੇ ਰੋਬਰੀਆਂ ਹੋ ਰਹੀ ਹੈ ਸਭ ਕੁਝ ਹੋ ਰਹੀ ਹੈ ਉਹ ਇੰਡੀਅਨ ਬਿਜ਼ਨਸਾਂ 'ਤੇ ਕਿਉਂ ਹੋ ਰਹੀ ਹੈ ਕਿਉਂਕਿ ਉਹ ਸੋਚਦੇ ਕਿ ਸੌਖੇ ਹੈ ਇਹਨਾਂ ਨੂੰ ਟਾਰਗੇਟ ਕਰੋ ਇਹਨਾਂ ਨੇ ਕਿਹੜਾ ਕੁਝ ਕਹਿਣਾ ਬਟ ਜਦ ਤੱਕ ਆਪਾਂ ਉਹਨਾਂ ਨੂੰ ਦੱਸਦੇ ਨਹੀਂ ਕਿ ਆਪਣੀ ਸੈਕਰੀਫਾਈਸ ਕੀ ਹੈ ਕਿ ਆਪਾਂ ਕਿੱਥੋਂ ਆਏ ਸੀ ਔਰ ਕਿੱਥੇ ਜਾ ਕੇ ਕੀ ਬਣੇ ਹੁਣ ਦੁਕਾਨਾਂ ਪਾਣੀ ਹੈ ਇਹ ਪਾਣੀ ਕੋਈ ਸੌਖੀ ਗੱਲ ਨਹੀਂ ਹੈ 24-24 ਘੰਟੇ ਲੋਕ ਕੰਮ ਕਰਦੇ ਆ ਉਹ ਤਾਂ ਹੀ ਆਪਾਂ ਇਹ ਸੋਲੂਸ਼ਨ ਸੋਲਵ ਕਰ ਪਾਵਾਂਗੇ ਜੇ ਉਹ ਆਪਣਾ ਕਲਚਰ ਸਿੱਖਣਗੇ ਆਪਾਂ ਉਹਨਾਂ ਦਾ ਕਲਚਰ ਸਿੱਖਣਗੇ
ਕਮਿਊਨਿਟੀ ਜਿਵੇਂ ਆਪਾਂ ਮੈਂ ਇੱਥੇ ਉਟਾਰਾ ਪਾਪੜੋਏ ਦੀ ਗੱਲ ਕਰਦਾ ਉਹਨਾਂ ਦੇ ਨਾ ਸਟਰੀਟ ਕਾਰਨਰ ਮੀਟਿੰਗਾਂ ਬਹੁਤ ਹੁੰਦੀਆਂ ਉਹ ਮੰਡਰੇ ਵਿੱਚ ਨਹੀਂ ਹੁੰਦੀ ਆਪਾਂ ਨੇ ਮੰਡਰੇ ਵਿੱਚ ਇਹ ਵੀ ਆਰਗੇਨਾਈਜ਼ ਕਰਨਾ ਜਿੱਥੇ ਮਹੀਨੇ 'ਚ ਜਾਂ ਮਹੀਨੇ ਜਾਂ 3 ਮਹੀਨੇ ਕੋਈ ਸਾਰੇ ਬਿਜ਼ੀ ਹੈ ਇੱਕ ਸਟਰੀਟ ਕਾਰਨਰ ਬਾਰਬੀਕਿਊ ਹੋ ਜੇ ਵੱਧ ਪੈਸਾ ਨਹੀਂ ਲੱਗਦਾ ਕੌਂਸਲ ਲਾ ਸਕਦੀ ਹੈ ਉਹਦੇ 'ਚ ਆਪਾਂ ਬ੍ਰਿਜ ਕਲੋਜ਼ ਕਰ ਸਕਦੇ ਹਾਂ ਲੋਕਾਂ ਨੂੰ ਜੇ ਬੇਸਿਕ ਨੈਸੈਸਿਟੀ ਹੈ ਦੇਖੋ ਭਾਜੀ ਇੱਥੇ ਫੂਡ ਪਾਰਸਲ ਵੀ ਤੁਹਾਨੂੰ ਮਿਲ ਜਾਂਦਾ ਸਭ ਕੁਝ ਮਿਲ ਜਾਂਦਾ ਪਰ ਤੁਹਾਨੂੰ ਪੁੱਛਣਾ ਪੈਂਦਾ ਆਪਸ਼ਨ ਪ੍ਰੋਵਾਈਡ ਕਰਨੀ ਪੈਂਦੀ ਹੈ ਉਹ ਆਪਾਂ ਬ੍ਰਿਜ ਕਲੋਜ਼ ਕਰਨਾ ਜੇ ਮਾਰਸ਼ਲ ਵਾਲੀਏ ਚੁਣ ਕੇ ਜਾਂਦੇ ਨੇ ਪਹਿਲੇ ਦੋ ਕੰਮ ਜਿਹੜੇ ਤੁਹਾਡੀ ਪ੍ਰਾਇਓਰਟੀ ਤੇ ਰਹਿਣਗੇ ਸਭ ਤੋਂ ਪਹਿਲਾ ਕੰਮ ਤਾਂ ਇਹ ਹੋਊਗਾ ਭਾਜੀ ਦੇਖੋ ਜਿਹੜੇ ਲੋਕਲ ਬੋਰਡ ਦਾ ਉਹਨੂੰ ਸਿੱਖਣ ਨੂੰ ਥੋੜਾ ਟਾਈਮ ਲੱਗਦਾ ਜਾ ਕੇ ਮੈਂ ਇੱਥੇ ਤਾਂ ਨਹੀਂ ਵਾਅਦੇ ਕਰ ਸਕਦਾ ਕਿ ਮੈਂ ਇਹ ਕਰ ਦੂੰਗਾ ਪਰ ਆਪਦੀ ਕਮਿਊਨਿਟੀ ਦੀ ਆਵਾਜ਼ ਉਠਾਉਣੀ ਬਹੁਤ ਵੱਡੀ ਗੱਲ ਹੈ ਉਹ ਸਭ ਤੋਂ ਪਹਿਲਾਂ ਉਠਾਉਣੀ ਹੈ ਇੱਕ ਕਮਿਊਨਿਟੀ ਸੇਫਟੀ ਦੀ ਲੋਕਾਂ ਨੂੰ ਮਿਲਣਾ ਜਾ ਕੇ ਚਾਰ ਸਵੇਰੇ ਲੋਕਾਂ ਦੇ ਮੈਨੂੰ ਤਾਂ ਨਹੀਂ ਪਤਾ ਸਾਰੇ ਇਸ਼ੂ ਕੀ ਹੈ ਮੈਂ ਲੋਕਾਂ ਨੂੰ ਪੁੱਛ ਕੇ ਉਹ ਇਸ਼ੂ ਆਪਦੇ ਹੋਮਵਰਕ ਕਰਕੇ ਫਿਰ ਉਹ ਇਸ਼ੂ ਲੋਕਾਂ ਕੋਲ ਜਿਹੜੇ ਚੇਅਰ ਜਾਂ ਡਿਪਟੀ ਚੇਅਰਮੈਨ ਉਹਦੇ ਕੋਲ ਰੱਖਣੇ ਆ ਪਰ ਗੁਰੂ ਘਰਾਂ ਆਪਦੀ ਕਮਿਊਨਿਟੀ ਦੀ ਆਵਾਜ਼ ਸਭ ਤੋਂ ਉੱਪਰ ਮੈਂ ਹੀ ਰੱਖੂੰਗਾ ਠੀਕ ਹੈ ਦੂਜੀ ਗੱਲ ਆਪਣੇ ਬਿਜ਼ਨਸ ਨੂੰ ਇਸ ਟਾਈਮ ਬਹੁਤ ਵੱਡਾ ਰਿਸਕ ਹੈ ਕਿ ਰੋਬਰੀਆਂ ਬਹੁਤ ਹੋ ਗਈਆਂ ਉਹਦੇ ਲਈ ਬਿਜ਼ਨਸਾਂ ਨਾਲ ਕਲੋਜ਼ ਕੰਮ ਕਰਕੇ ਜਾਂ ਤਾਂ ਬੁਲਾਟ ਦੀ ਲੋੜ ਹੋਏਗੀ ਤਾਂ ਬੁਲਾਟ ਪ੍ਰੋਵਾਈਡ ਕਰਾਂਗੇ ਐਕਸਟਰਾ ਕੈਮਰਿਆਂ ਦੀ ਲੋੜ ਹੋਏਗੀ ਤਾਂ ਕੈਮਰਾ ਦਾ ਸਿਸਟਮ ਦੀ ਹੈਲਪ ਕਰਾਂਗੇ ਫੋਗ ਕੈਨਨ ਲੱਗਣ ਦੀ ਲੋੜ ਹੋਏਗੀ ਤਾਂ ਫੋਗ ਕੈਨਨ ਲਵਾ ਕੇ ਦੇਵਾਂਗੇ ਮੈਂ ਤਾਂ ਨਹੀਂ ਲਵਾਉਂਗਾ ਉਹਨਾਂ ਦੇ ਨਾਲ ਕੰਮ ਕਰਕੇ ਕੌਂਸਲ ਨੂੰ ਅਪਰੋਚ ਕਰਕੇ ਤੇ ਚੌਥੀ ਜਿਹੜੀ ਗੁਰੂ ਘਰਾਂ ਦੇ ਗੁਰੂ ਘਰ ਚ ਉਹ ਹੈ ਉਹ ਤਾਂ ਬਹੁਤ ਜ਼ਰੂਰੀ ਹੈ ਭਾਜੀ ਉਹ ਤਾਂ ਹਾਰ ਜਿੱਤ ਤਾਂ ਚਲੋ ਪਰਮਾਤਮਾ ਨੇ ਦੇ ਹੱਥ 'ਚ ਪਰ ਲੋਕਾਂ ਨੂੰ ਕੌਂਸਲ ਦੇ ਆਫਿਸ ਬਿਠਾ ਕੇ ਉਹਨਾਂ ਨੂੰ ਦੱਸਣਾ ਹੈ ਕਿ ਤੁਸੀਂ ਇਹ ਤੁਰ ਕੇ ਦਿਖਾਓ ਸੰਡੇ ਨੂੰ ਤੋਂ ਜਦ ਬਿਜ਼ੀ ਹੁੰਦਾ ਤੁਸੀਂ ਤੁਰ ਕੇ ਦਿਖਾਓ ਮੈਨੂੰ ਤਾਂ ਅਜੇ ਬਜ਼ੁਰਗ ਜੀ ਇਹ ਵੀ ਦੱਸ ਰਹੇ ਸੀ ਕਿ ਐਕਸੀਡੈਂਟ ਹੋਣ ਦਾ ਬਾਰਡਰ ਹੈ ਕਿਉਂਕਿ ਉੱਥੇ ਜਦ ਆਪਾਂ ਲੈਫਟ ਮੁੜਦੇ ਹਾਂ ਉਹ ਡਾਰਕ ਕਾਰਨਰ ਹੈ ਬੰਦੇ ਨੂੰ ਬਹੁਤ ਔਖਾ ਹੁੰਦਾ ਇਸ ਲਈ ਉਹ ਇਹ ਚੀਜ਼ ਆਪਾਂ ਤਾਂ ਹੀ ਕਲੋਜ਼ ਕਰ ਪਾਉਂਗੇ ਜੇ ਭਾਜੀ ਆਪਦੀ ਰਿਪ੍ਰੈਜੈਂਟੇਸ਼ਨ ਬੋਰਡ ਤੇ ਜਾਊਗੀ ਸੋ ਮਾਰਸ਼ਲ ਪਰਸਨਲ ਸਵਾਲ ਨੇ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਹੈ ਤੁਸੀਂ ਕਦੋਂ ਇੱਥੇ ਆਏ ਸੀ ਕਿਹੜੀ ਪੜ੍ਹਾਈ ਕੀਤੀ ਤੇ ਹੁਣ ਤੁਸੀਂ ਕਿਸ ਇੰਡਸਟਰੀ 'ਚ ਕੰਮ ਕਰ ਰਹੇ ਹੋ ਜੀ ਦੇਖੋ ਮੈਂ ਤਾਂ ਇੱਥੇ ਇਕੱਲਾ ਹੀ ਆਇਆ ਸੀ ਘਰਦੇ ਤਾਂ ਹੁਣ ਵੀ ਇੰਡੀਆ ਡੈਡੀ ਨੂੰ ਪਿਛਲੇ ਡੈਡੀ ਨੂੰ 2019 'ਚ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਹੋ ਗਿਆ ਸੀ ਉਹ ਤਾਂ ਬੈਠਦੀ ਹੈ ਪਰ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਨਾਲ ਹੀ ਹੈ ਘਰਦੇ ਸਾਰੇ ਇੰਡੀਆ ਹੀ ਰਹਿੰਦੇ ਆ ਮੈਂ ਇੱਥੇ ਰਹਿੰਦਾ ਵਾਇਮਾਈਆ ਐਵਨਿਊ ਤੇ ਇਸ ਟਾਈਮ ਮੈਂ ਨਿਊਜ਼ੀਲੈਂਡ ਦੀ 3rd ਲਾਰਜੈਸਟ ਟਰਾਂਸਪੋਰਟ ਕੰਪਨੀ 'ਚ ਐਜ਼ ਅ ਨੈਸ਼ਨਲ ਲੌਜਿਸਟਿਕਸ ਮੈਨੇਜਰ ਕੰਮ ਵੀ ਕਰ ਰਿਹਾ ਫੁੱਲ ਟਾਈਮ ਉਹਦੇ ਨਾਲ ਨਾਲ ਮੈਂ ਸਭ ਤੋਂ ਪਹਿਲਾਂ ਯੰਗਸਟਰ ਬਿਊਟੀਫਿਕੇਸ਼ਨ ਟਰੱਸਟ ਜਿਹੜਾ ਬੋਰਡ ਹੈ ਮੰਡਰੇ ਵਿੱਚ ਉਹਦਾ ਮੈਂਬਰ ਵੀ ਹੈ ਉਹਦੇ ਨਾਲ ਨਾਲ ਮੈਂ ਘੱਟੋ ਘੱਟ 13 ਤੇ 14 ਔਰਗਨਾਈਜੇਸ਼ਨ ਕਮਿਊਨਿਟੀ ਔਰਗਨਾਈਜੇਸ਼ਨ ਨਾਲ ਵਾਲੰਟੀਅਰ ਕੰਮ ਵੀ ਕਰਦਾ ਜਿਹਦੇ ਵਿੱਚ ਔਕਲੈਂਡ ਕੌਂਸਲ ਵੀ ਆਉਂਦੀ ਹੈ ਜਾਂਦੇ ਜਾਂਦੇ ਮੰਡਰੇਵਾ ਲੋਕਲ ਬੋਰਡ ਦੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਮੈਂ ਤਾਂ ਹੱਥ ਜੋੜ ਕੇ ਮੰਡਰੇਵਾ ਲੋਕ ਮੰਡਰੇਵਾ ਦੇ ਲੋਕਾਂ ਨੂੰ ਇੱਕ ਹੀ ਬੇਨਤੀ ਕਰਦਾ ਵੋਟਿੰਗ ਪੇਪਰ ਆ ਚੁੱਕੇ ਹੈ ਠੀਕ ਹੈ ਉਹਦੇ ਵੋਟਿੰਗ ਪੇਪਰ ਨੂੰ ਲਵ ਮੰਡਰੇਵਾ ਦੀ ਟੀਮ ਨੂੰ ਇੱਕ ਵਾਰ ਜਿਵੇਂ ਕਿ ਆਪਾਂ ਕਹਿੰਦੇ ਟਾਈਮ ਫੋਰ ਚੇਂਜ ਟਾਈਮ ਫੋਰ ਚੇਂਜ ਲੈ ਕੇ ਲਵ ਮੰਡਰੇਵਾ ਦੀ ਸਾਰੀ ਟੀਮ ਨੂੰ ਟਿੱਕ ਕਰੋ ਯਾਦ ਰੱਖਿਓ ਕਿ ਇੱਥੇ ਤੁਹਾਨੂੰ ਮੇਅਰ ਦੀ 1 ਵੋਟ ਹੁੰਦੀ ਹੈ ਕੌਂਸਲਰ ਦੀ 2 ਵੋਟ ਆਉਂਦੀ ਹੈ ਲੋਕਲ ਬੋਰਡ ਦੇ 8 ਹੁੰਦੇ ਆ ਤੇ ਮੇਰੀ ਲਾਇਸੈਂਸਿੰਗ ਟਰੱਸਟ ਦੀਆਂ 6 ਹੁੰਦੇ ਆ ਸਾਰਿਆਂ ਨੂੰ ਟਿੱਕ ਕਰਕੇ ਇਨਵੈਲਪ 'ਚ ਪਾ ਕੇ ਹੁਣ ਤਾਂ ਉਹਨਾਂ ਨੇ ਇਹ ਵੀ ਸੌਖਾ ਕਰਤਾ ਗੁਰੂ ਘਰ 'ਚ ਵੀ ਹੈ ਸੰਡੇ ਨੂੰ ਠੀਕ ਹੈ ਗੁਰੂ ਘਰ ਯਾਦ ਰੱਖਿਓ ਟਾਕਾ ਨੇ ਨਹੀਂ ਗੁਰੂ ਘਰ ਹੀ ਇਸ ਟਾਈਮ ਜੇ ਆਪਣੀ ਵੋਟਾਂ ਉੱਥੇ ਜ਼ਿਆਦਾ ਪਾਉਂਗੀ ਤੇ ਭਾਜੀ ਨੇ ਮੈਨੂੰ ਵਾਅਦਾ ਕੀਤਾ ਕਿ ਆਪਾਂ ਹੋਰ ਵੀ ਗੁਰੂ ਘਰਾਂ 'ਚ ਵੀ ਪ੍ਰੋਵਾਈਡ ਕਰਕੇ ਦੇਵਾਂਗੇ ਔਰ ਉਹਦੇ ਬਾਅਦ ਕਾਊਂਟਡਾਊਨ ਜੇ ਸ਼ੋਪਿੰਗ ਕਰਨ ਜਾਂਦੇ ਹੋ ਯਾਦ ਰੱਖਿਓ ਕਿ 4 ਅਕਤੂਬਰ ਤੋਂ ਪਹਿਲਾਂ ਜੇ ਤੁਸੀਂ ਪੋਸਟ ਕਰ ਰਹੇ ਹਾਂ ਤੇ ਪੋਸਟ 4 ਅਕਤੂਬਰ ਤੋਂ ਪਹਿਲਾਂ ਕਰਨੀ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਵੀ ਦੱਸਣਾ ਚਾਹੁੰਦਾ ਭਾਜੀ ਜਿਹੜੇ ਨਵੇਂ ਮੁੰਡੇ ਪੱਕੇ ਹੋਏ ਆ ਉਹ ਹੁਣ ਵੀ ਇਨਰੋਲ ਕਰ ਸਕਦੇ ਆ ਜੇ ਉਹਦੇ ਵਿੱਚ ਕਿਸੇ ਨੂੰ ਵੀ ਹੈਲਪ ਦੀ ਲੋੜ ਹੈ ਮੈਂ ਤੁਹਾਨੂੰ ਆਪਦਾ ਫੋਨ ਨੰਬਰ ਦੇ ਦੂੰਗਾ ਵੀਡੀਓ ਪਾ ਦਿਓ ਉਹ ਮੈਨੂੰ ਕੰਟੈਕਟ ਕਰ ਸਕਦੇ ਐਨੀ ਟਾਈਮ ਠੀਕ ਮਾਰਸ਼ਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ